सत एक ओंकार सत नाम अर्थात निर्भाव निर्वैर अकाल मूर्त अहंनी सहं गुरुप्रसाद जप आद सच जुगाद सच है भी सच नानक होसे भी सच। वाहिगुरु साहिब जी गुरु गरीब निवाज हम आया दूरों चल कै मैं तके तो शरणाए जियो मैं आसा रखी चित मैं मेरा सबो दुख गुवाए जियो। होवै सिफत खसम दी नूर अरशो पुरशो झटिए तुद डिठे सचे पातशाह मल जन्म जन्म दी कटिए सजन सचा पातशाह सिर शाह दशाह जिस पास बैठिया सोही है सबना दावेसाहु। वाहिगुरु साहिब जी सुही महला पंजवां जिसके सिर ऊपर तू स्वामी सो दुख कैसा पावे भूल ना जाने माया मद माता मरना चीत ना आवे जिसके सिर ऊपर तू स्वामी सो दुख कैसा पावे भूल ना जाने माया मद माता मरना चीत ना आवे मेरे राम राय तू संत का संत तेरे तेरे सेवक को पहु किश नाही जम नहीं आवे नेरे रहाओ जो तेरा रंग राते स्वामी तिनका जन्म मरण दुख नासा तेरी बख्श ना मिटे कोई सतगुर का दिलासा नाम त्याइन सुख फल पाइन आठ पहर आराद है तेरी शरण तेरे भरवास है पंच दुष्ट ले सद है ज्ञान ध्यान किश कर्म ना जाना सार ना जाना तेरी सब ते वड़ा सतगुर नानक जिन कल राखी मेरी ज्ञान ध्यान किश कर्म ना जाना सार ना जाना तेरी सब ते वड़ा सतगुर नानक जिन कल राखी मेरी। वाहिगुरु जी का खालसा वाहिगुरु जी की फतेह। सतगुरु जी का कोटान कोट शुक्र है जिन्हां ने बख्शिश की है अमृत वेले दर्शन दार बख्शे ने पावन हुक्म दी असीस बख्शी है सानू हिम्मत बख्शी है अज दा दिन गुरु की याद विच गुरु के प्यार विच किवें बिताइए किवें भरोसा रखिए गुरु कैसी बख्शिश करता है। हजूर ने कृपा की धन गुरु अर्जन देव जी महाराज जी का उच्चारण किया ये पावन फुरमान श्री गुरु ग्रंथ साहब जी के अंग 749 ते
ਤੇ 750 ਉੱਤੇ ਅੰਕਿਤ ਹੈ। ਹਜ਼ੂਰ ਬਖਸ਼ਿਸ਼ ਕਰਦੇ ਨੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਹੇ ਮੇਰੇ ਮਾਲਕ, ਹੇ ਮੇਰੇ ਸਤਿਗੁਰੂ, ਜਿਸ ਮਨੁੱਖ ਦੇ ਉੱਤੇ ਤੁਹਾਡੀ ਰਹਿਮਤ ਦਾ ਹੱਥ, ਤੁਹਾਡੀ ਬਖਸ਼ਿਸ਼ ਦਾ ਹੱਥ ਉਹਦੇ ਸਿਰ ਉੱਤੇ ਆ ਜਾਵੇ, ਤੁਸੀਂ ਕਿਰਪਾ ਕਰ ਦਿਓ, ਆਪਣਾ ਮਿਹਰ ਦਾ ਹੱਥ ਜਿਸ ਮਨੁੱਖ ਦੇ ਸਿਰ ਉੱਤੇ ਰੱਖ ਦਿਓ, ਉਸਨੂੰ ਕੋਈ ਦੁੱਖ ਨਹੀਂ ਵਿਆਪਦਾ। ਇਹ ਹਜ਼ੂਰ ਨੇ ਕੈਸੀ ਬਖਸ਼ਿਸ਼ ਕੀਤੀ! ਦੇਖੋ, ਵੈਨ ਯੂ ਸਟੈਂਡ ਓਵਰ ਆਵਰ ਹੈਡਸ, ਉਹ ਮੇਰੇ ਗੁਰੂ ਜੀ, ਮੇਰੇ ਸਤਿਗੁਰੂ ਜੀ, ਓ ਮਾਈ ਲਾਰਡ, ਓ ਮਾਈ ਮਾਸਟਰ, ਹਾਉ ਕੈਨ ਵੀ ਸਫਰ ਇਨ ਪੇਨ। ਇਹ ਦੇਖੋ, ਗੁਰੂ ਦੀ ਐਸੀ ਕਿਰਪਾ ਹੁੰਦੀ ਹੈ। ਹਜ਼ੂਰ ਬਖਸ਼ਿਸ਼ ਕਰਦੇ ਨੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਉਹ ਮਨੁੱਖ ਜੋ ਮਾਇਆ ਤੇ ਨਸ਼ੇ ਵਿੱਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਡਰ, ਮੌਤ ਦਾ ਸਹਿਮ ਉਹਦੇ ਚਿੱਤ ਵਿੱਚ ਪੈਦਾ ਹੀ ਨਹੀਂ ਹੁੰਦਾ। ਦ ਮੋਰਟਲ ਬੀਂਗ ਡਜ਼ ਨਾਟ ਨੋ ਹਾਊ ਟੂ ਚੈਂਟ ਯੂਅਰ ਨੇਮ, ਹੀ ਇਜ਼ intoxicated with the wine of maya, the false attachments. Maya is false attachment. Whatever his wife, his kids, his property, his business, everything is maya, which is breaking us from the love of God, love of Almighty. Hazur kehde ne, ਇਹ ਤੇ ਐਸਾ ਇਹਨਾਂ ਮਾਇਆ ਦੇ ਨਸ਼ੇ ਵਿੱਚ ਮਸਤ ਹੈ, ਹੀ ਇਜ਼ ਇੰਟੋਕਸੀਕੇਟਡ ਵਿਦ ਦ ਵਾਈਨ ਆਫ ਮਾਇਆ ਐਂਡ ਦ ਥਾਟ ਆਫ ਡੈਥ ਡਜ਼ ਨਾਟ ਈਵਨ ਐਂਟਰ ਹਿਸ ਮਾਇੰਡ। ਪਰ ਜਿਹਦੇ 'ਤੇ ਗੁਰੂ ਕਿਰਪਾ ਕਰ ਦੇਵੇ, ਗੁਰੂ ਅੱਗੇ ਤਰਲਾ ਕਰੀਏ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਹੇ ਮੇਰੇ ਮਾਲਕ, ਹੇ ਮੇਰੇ ਪ੍ਰਭੂ ਜੀ, ਹੇ ਮੇਰੇ ਸਤਿਗੁਰੂ ਜੀ, ਤੂੰ ਆਪਣੇ ਇਹਨਾਂ ਸੇਵਕਾਂ ਦਾ ਹੈ ਤੇ ਸੇਵਕ ਤੇਰੇ ਨਾਲ ਜੁੜੇ ਨੇ। ਇਹ ਸਾਡੀ ਸਾਂਝ ਹੈ, ਸਿੱਖੀ ਸਿੱਖਿਆ, ਗੁਰ ਵਿਚਾਰ। ਓ ਮਾਈ ਸੋਵਰੀਅਨ ਲਾਰਡ, ਯੂ ਬਿਲੋਂਗ ਟੂ ਦਾ ਸੇਂਟਸ ਐਂਡ ਦਾ ਸੇਂਟਸ ਬਿਲੋਂਗ ਟੂ ਯੂ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਪਾਓ ਕਿਛ ਨਾਹੀਂ, ਜਮ ਨਹੀਂ ਆਵੈ ਨੇਰੇ। ਯੂਅਰ ਸਰਵੈਂਟ ਇਜ਼ ਨਾਟ ਅਫਰੇਡ ਆਫ ਐਨੀਥਿੰਗ, ਤੇਰੇ ਸੇਵਕ ਕੋ ਪਾਓ ਕਿਛ ਨਾਹੀਂ, ਕਿਉਂਕਿ ਸਾਡੇ ਨਾਲ ਸਤਿਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਦ ਮੈਸੇਂਜਰ ਆਫ ਡੈਥ ਕੈਨ ਨਾਟ ਈਵਨ ਅਪਰੋਚ ਹਿਮ, ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਮੌਤ ਦਾ ਮੈਸੇਂਜਰ ਜੋ ਹੈ ਨਾ, ਉਹਦਾ ਵੀ ਡਰ ਨਹੀਂ ਖਤਮ, ਡਰ ਨਹੀਂ ਨੇੜੇ ਆਉਂਦਾ। ਇਹ ਗੁਰੂ ਕਿਰਪਾ ਕਰਦਾ ਹੈ, ਗੁਰੂ ਨਾਲ ਜੁੜੇ ਰਹੀਏ, ਗੁਰੂ ਦਾ ਸ਼ਬਦ ਸਾਡੇ ਕੰਨਾਂ ਵਿੱਚ ਚੱਲਦਾ ਰਹੇ, ਸਾਡੀ ਰਸਨਾ 'ਤੇ ਚੱਲਦਾ ਰਹੇ, ਅਤੇ ਫਿਰ ਐਸੀ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਕਿਰਪਾ ਕਰਦਾ ਹੈ, ਭੁੱਲ ਚੁੱਕ ਦੇਖੀ ਮਾਂ। ਹਾਰਦਿਕ ਤੌਰ 'ਤੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ